ਭਾਈ ਸਾਹਿਬ, ਅੱਜ ਦੀ ਵੀਡੀਓ ਦੇ ਵਿੱਚ ਲੋਹੜੀ ਅਤੇ ਮਾਘੀ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਲੋਹੜੀ ਅਤੇ ਮਾਘੀ ਲਈ ਸਪੈਸ਼ਲ ਪੁਰਾਣੀਆਂ ਗੱਡੀਆਂ ਅਤੇ ਗਿਫਟ ਨਾਲ ਗੱਡੀਆਂ 'ਤੇ 2 ਸਾਲ ਦੀ ਗਰੰਟੀ। ਭਾਈ ਸਾਹਿਬ, ਪੁਰਾਣੀਆਂ ਗੱਡੀਆਂ 'ਤੇ 2 ਸਾਲ ਦੀ ਵਾਰੰਟੀ, ਭਾਜੀ ਸਹੀ ਗੱਲ ਹੈ? ਬਿਲਕੁਲ ਸਹੀ ਗੱਲ ਹੈ ਭਾਜੀ, 2 ਸਾਲ ਦੀ ਵਾਰੰਟੀ ਦੇ ਰਹੇ ਹੋ। 100% ਦੀ ਰਿਟਰਨ ਦੇ ਵਿੱਚ ਵਾਰੰਟੀ ਹੈ ਭਾਜੀ। ਭਾਜੀ, ਜੇ ਕਿਸੇ ਡੀਲਰ ਕੋਲ ਗੱਡੀ ਲੈਣ ਚੱਲ ਜਾਈਏ ਨਾ ਪੁਰਾਣੀ, ਉਹ 2 ਮਿੰਟ ਦੀ ਗਰੰਟੀ ਨਹੀਂ ਚੱਕਦਾ, ਕਹਿੰਦਾ ਇੱਥੋਂ ਗੱਡੀ ਚਲੀ ਗਈ, ਗਰੰਟੀ ਖਤਮ। ਭਾਈ ਸਾਹਿਬ, ਅਸੀਂ ਰਿਟਰਨ ਦੇ ਵਿੱਚ ਮਹਿੰਦਰਾ ਦੀ ਬੁੱਕਲੈਟ ਦੇ ਉੱਤੇ, ਮਹਿੰਦਰਾ ਤੁਹਾਨੂੰ 2 ਸਾਲ ਦੀ ਵਾਰੰਟੀ ਦਿੱਤੀ, ਇੰਡਸਟਰੀ 'ਚ ਕੋਈ ਵੀ ਨਹੀਂ ਦੇ ਰਿਹਾ। 1 ਸਾਲ ਤੱਕ ਸਾਰੀ ਗੱਡੀ ਦੇ ਪਾਰਟ ਕਵਰਡ ਨੇ, ਇੰਜਨ ਸਾਰਾ ਕਵਰਡ, ਗੇਅਰ ਬੋਕਸ ਸਾਰਾ ਕਵਰਡ, ਫਰੰਟ ਵੀਲ ਡਰਾਈਵ ਦੇ ਸਾਰੇ ਪਾਰਟ ਕਵਰਡ, ਰੇਅਲ ਐਕਸਲ ਦੇ ਸਾਰੇ ਪਾਰਟ ਕਵਰਡ, ਸ਼ਾਫਟਸ ਕਵਰਡ, ਸਸਪੈਂਸ਼ਨ ਸਟੀਅਰਿੰਗ ਕਵਰਡ, ਇੰਜੈਕਟਰ ਦੇ ਸਾਰੇ ਪਾਰਟ ਕਵਰਡ, ਕਲੱਚ ਦੇ ਦੋਵੇਂ ਸਿਲੰਡਰ ਕਵਰ, ਇਲੈਕਟ੍ਰੋਨਿਕ ਸਾਰੇ ਪਾਰਟ ਕਵਰ। ਬਸ ਭਾਜੀ, ਮਤਲਬ 1 ਸਾਲ ਤੇ ਗੱਡੀ ਨੂੰ ਦੇਖਣ ਦੀ ਲੋੜ ਨਹੀਂ? ਨਹੀਂ ਜੀ, ਜੋ ਕੁਛ ਗੱਡੀ 'ਚ ਕਦੀ ਕੱਲ੍ਹ ਨੂੰ ਨੁਕਸ ਪੈ ਜਾਂਦਾ ਹੈ ਤਾਂ ਉਹਦੇ ਲਈ ਮਹਿੰਦਰਾ ਫਸਟ ਚੋਇਸ ਆਲ ਇੰਡੀਆ ਕਵਰਡ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਜਿੱਥੇ ਵੀ ਗੱਡੀ ਖਰਾਬ ਹੋਏਗੀ ਬਿਨਾਂ ਪੈਸਿਆਂ ਤੋਂ ਠੀਕ ਹੋਏਗੀ ਤੁਹਾਡੀ। ਮੈਨੂੰ ਇੱਕ ਚੀਜ਼ ਦੱਸ ਦਿਓ, ਕੱਲੀ ਮਹਿੰਦਰਾ ਦੀ ਗੱਡੀ ਦਾ ਨਹੀਂ ਨਾ? ਨਹੀਂ ਜੀ, ਸਾਰੀਆਂ ਗੱਡੀਆਂ ਮਲਟੀ ਬ੍ਰਾਂਡ ਗੱਡੀਆਂ, ਸਾਰੀਆਂ ਗੱਡੀਆਂ ਲੋ, ਹੰਡਈ ਲੋ, ਮਹਿੰਦਰਾ ਲੋ। ਹੁਣ ਮੈਨੂੰ ਇੱਕ ਚੀਜ਼ ਇੱਥੇ ਦੱਸ ਦਿਓ ਭਾਜੀ, ਜਿਹੜੀ ਇਹ ਆਪਾਂ ਰਿਟਰਨ 'ਚ ਦੇਣਾ ਸਾਰਾ ਕੁਝ, ਬਿਲਕੁਲ ਰਿਟਰਨ 'ਚ ਦਾਂਗੇ, ਤੇ ਜਿਹੜੀ ਆਫਰ ਹੈ ਉਹ ਦੱਸ ਦਿਓ। ਇਸ ਟਾਈਮ ਸਾਡੀ ਫੈਸਟੀਵਲ ਆਫਰ ਲੱਗੀ ਹੋਈ ਹੈ ਜੀ, ਆਪਾਂ ਡਰੋ ਸਿਸਟਮ ਕੱਢਾਂਗੇ, ਉਹਦੇ 'ਚ ਆਪਣਾ ਸਮਾਨ ਸਾਰਾ ਸਾਡੇ ਸ਼ੋਰੂਮ 'ਚ ਪਿਆ। 42 ਇੰਚ ਦੀ LCD ਹੈ, ਸਮਾਰਟ TV, ਵਰਲਪੂਲ ਦੀ ਵਾਸ਼ਿੰਗ ਮਸ਼ੀਨ ਹੈ, LG ਦੇ ਮਾਈਕ੍ਰੋਵੇਵ ਨੇ, ਹੀਟਰ ਨੇ। ਘੱਟੋ ਘੱਟ 1 ਕਸਟਮਰ ਨੂੰ ਘੱਟੋ ਘੱਟ 3000 ਰੁਪਏ ਦਾ ਫ੍ਰੀ ਗਿਫਟ ਤਾਂ ਹੈਗਾ ਹੈਗਾ, ਅਤੇ 42 ਇੰਚ ਦੀ 40000 ਰੁਪਏ ਦੀ LCD। ਭਾਈ, ਇਦਾਂ ਦੀ ਆਫਰ ਤੁਹਾਨੂੰ ਕਿਤੇ ਨਹੀਂ ਮਿਲਣੀ। ਹੁਣ ਗੱਲਾਂ ਘੱਟ ਕਰਦੇ ਹਾਂ ਤੇ ਭਾਜੀ ਗੱਡੀਆਂ ਜ਼ਿਆਦਾ ਦਿਖਾਉਂਦੇ ਆ। ਆਜੋ ਭਾਜੀ, ਪਹਿਲੇ ਸਭ ਤੋਂ ਪਹਿਲੇ ਤੁਸੀਂ ਸ਼ੁਰੂ ਕਰ ਦਿਓ ਛੋਟੀ ਕਾਰ ਕਵਿਡ ਤੋਂ ਹੀ। ਕਵਿਡ ਗੱਡੀ ਹੈ ਜੀ, ਸਾਰੀ ਗੱਡੀ ਓਰਿਜਨਲ ਹੈ ਜੀ, 2019 ਮਾਡਲ ਹੈ, ਟੌਪ ਐਂਡ ਮਾਡਲ ਹੈ, ਅਤੇ ਚੱਲੀ ਸਿਰਫ 10000 ਕਿਲੋਮੀਟਰ ਹੈ ਜੀ। ਸਿਰਫ 10000? ਬਿਲਕੁਲ, ਮੀਟਰ ਦੀ ਫੁੱਲ ਗਰੰਟੀ ਭਾਜੀ, ਐਕਸੀਡੈਂਟ ਤੇ ਮੀਟਰ ਦੀ ਗਰੰਟੀ ਹੋਣੀ ਚਾਹੀਦੀ ਹੈ। ਇੱਕ ਸਕ੍ਰੈਚ ਸਿਰਫ ਇਹਦਾ ਬੋਨਟ ਤੇ ਹੈਗਾ, ਬੰਪਰ ਵੀ ਪੇਂਟ ਨਹੀਂ ਹੈਗਾ। ਇਹ ਚੈੱਕ ਕਰੋ, ਜੇ ਉਹ ਤੁਹਾਨੂੰ ਹੈਗਾ ਮੋਡੀਫਾਈਡ ਕਲੱਬ ਦੇ ਸਾਰਾ ਸੱਚ ਦਿਖਾਇਆ ਜਾਊਗਾ। ਇੱਕ ਚੀਜ਼ ਮੈਨੂੰ ਦੱਸ ਦਿਓ ਭਾਜੀ, ਕਿ ਇਹ ਨਵੀਂ ਗੱਡੀ ਸਿਰਫ 10000 ਚੱਲੀ ਤਾਂ ਨਵੀਂ ਹੁੰਦੀ ਹੈ? ਬਿਲਕੁਲ ਜੀ, 10000 ਚੱਲੀ ਯਾਰ, ਕੁਛ ਵੀ ਨਹੀਂ ਹੁੰਦੀ, ਤੇ ਨਵੀਂ ਨਾਲੋਂ ਕਿੰਨੀ ਲੈਸ ਕਰ ਰਹੇ ਹੋ ਇਹਦੇ ਤੇ? ਨਵੀਂ ਨਾਲੋਂ ਤਕਰੀਬਨ 5,75,000 ਰੁਪਏ ਦੀ ਸਰ ਗੱਡੀ ਹੈ, ਤੁਹਾਨੂੰ ਅਸੀਂ ਗੱਡੀ 3,75,000 ਦੀ ਦੇ ਦਾਂਗੇ। ਮਤਲਬ 2 ਲੱਖ ਰੁਪਏ ਨਵੀਂ ਗੱਡੀ ਨਾਲੋਂ ਘੱਟ ਗਏ ਭਾਈ। ਨਵੀਂ ਗੱਡੀ ਤੋਂ 2 ਲੱਖ ਰੁਪਏ ਡਿਸਕਾਊਂਟ ਮਿਲ ਜਾਣਾ ਤੁਹਾਨੂੰ, ਤੇ ਗੱਡੀ ਬਿਲਕੁਲ ਨਵੀਂ 10000 ਚੱਲੀ। ਇੱਕ ਹੋਰ ਤੁਹਾਨੂੰ ਮੈਂ ਆਪਣੀ ਫੈਸਿਲਿਟੀ ਦੱਸਦਾ, ਜਿਹੜਾ ਮਰਜ਼ੀ ਬੰਦਾ ਸਾਡੇ ਗੱਡੀ ਲੈ ਜਾਵੇ, 7 ਦਿਨਾਂ ਦੇ ਵਿੱਚ ਅਗਰ ਉਹਨੂੰ ਕੋਈ ਗੱਡੀ ਦੇ ਵਿੱਚ ਨੁਕਸ ਮਿਲਦਾ ਜਾਂ ਗੱਡੀ ਪਸੰਦ ਨਹੀਂ ਆਉਂਦੀ, ਸਾਰੇ ਪੈਸੇ ਵਾਪਸ ਲੈ ਜਾਓ, ਸਾਡੇ ਵੱਲੋਂ ਕੋਈ ਉਹ ਵੀ ਜ਼ਿੰਮੇਵਾਰੀ ਹੈ। 7 ਦਿਨਾਂ ਦੇ ਵਿੱਚ ਮਨੀ ਬੈਕ ਗਰੰਟੀ। ਅਰੇ ਭਾਜੀ, ਮਜ਼ਾ ਆ ਗਿਆ ਯਾਰ ਤੁਹਾਡੇ ਨਾਲ ਮਿਲ ਕੇ ਸੱਚੀ। ਦੋਸਤੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਦਬਾ ਕੇ। ਪੁਰਾਣੀਆਂ ਗੱਡੀਆਂ ਤੇ ਇਦਾਂ ਦੀ ਆਫਰ ਤੁਹਾਨੂੰ ਕਿਤੇ ਨਹੀਂ ਮਿਲਣੀ ਭਾਜੀ। ਇਸ ਤੋਂ ਬਾਅਦ ਕ੍ਰੇਟਾ ਦੱਸ ਦਿਓ। ਅੱਛਾ, ਪਹਿਲੇ ਆਹ ਦਿਖਾਣੀ 2023 ਮਾਡਲ ਕ੍ਰੇਟਾ। ਆਏ ਹੋਏ, 2023 ਮਾਡਲ ਕਿੰਨੀ ਚੱਲੀ ਭਾਜੀ? 11000 ਗੱਡੀ ਚੱਲੀ ਹੈ, 12000 ਸਾਰੀ। ਸਿਰਫ 12000? ਬਿਲਕੁਲ ਜੈਨੂਅਨ ਗੱਡੀ। ਕਿਹੜੇ ਮਹੀਨੇ ਦੀ ਗੱਡੀ ਚਾਹੀਦੀ? ਇਹ ਜੀ ਜੂਨ ਜਾਂ ਜੁਲਾਈ ਦੀ ਹੈਗੀ ਹੈ। ਤੇ ਇਹ ਕਿੰਨੇ ਦੀ ਹੈ ਜੀ? ਇਹ ਤੁਹਾਨੂੰ ਉਹਦਾ ਅਸੀਂ ਇਹਦੀ ਪ੍ਰਾਈਜ਼ ਲਗਾਈ ਹੋਈ 15,65,000 ਰੁਪਈਆ, ਪਰ ਤੁਹਾਡੇ ਅੱਜ ਲੋਹੜੀ ਦੇ ਉੱਤੇ ਇਹ ਗੱਡੀ ਅਸੀਂ 15,25,000 ਰੁਪਏ ਦੀ ਤੁਹਾਨੂੰ ਦੇ ਦਾਂਗੇ। ਤੇ ਭਾਜੀ, ਆਪਾਂ ਨਹੀਂ ਦੇਣਾ 15,25,000, ਆਪਾਂ ਉਸ ਤੋਂ ਵੀ ਡਿਸਕਾਊਂਟ ਲੈਣਾ ਆਪਣੇ ਦੋਸਤਾਂ ਵਾਸਤੇ। ਕੋਈ ਗੱਲ ਨਹੀਂ, ਜੋ ਇਹ ਨੈਗੋਸ਼ੀਏਬਲ ਪ੍ਰਾਈਜ਼ ਆ, ਆਪਾਂ ਨਹੀਂ, ਜੋ ਇਹਨਾਂ ਨੇ ਮੰਗਣਾ ਉਹ ਆਪਾਂ ਨਹੀਂ ਦੇਣਾ, ਆਪਾਂ ਡਿਸਕਾਊਂਟ ਲੈਣਾ ਹੀ ਲੈਣਾ ਭਾਜੀ ਤੁਹਾਡੇ ਤੋਂ। ਕੋਈ ਗੱਲ ਨਹੀਂ, ਇਹ 15,25,000 ਭਾਜੀ ਦਾ ਡਿਮਾਂਡਿੰਗ ਪ੍ਰਾਈਜ਼ ਹੈ। ਇੱਕ ਚੀਜ਼ ਤੁਸੀਂ ਹੋਰ ਨੋਟ ਕਰੋ, ਹਰ ਗੱਡੀ ਦੇ ਉੱਤੇ ਤੁਹਾਨੂੰ ਨੰਬਰ ਪਲੇਟਾਂ ਸ਼ੋਅ ਹੋਣੇ, ਲੋਕਾਂ ਵਾਂਗ ਨਹੀਂ ਲੁਕੋ ਕੇ ਭਾਜੀ, ਇਹਦੀ ਕਿਤੇ ਡਿਟੇਲ ਨਾ ਪਤਾ ਲੱਗ ਜਾਵੇ। ਡਿਟੇਲ ਚੈੱਕ ਕਰਕੇ ਆਓ, ਜੇ ਗੱਡੀ 'ਚ ਕੋਈ ਮੇਰਾ ਨੰਬਰ ਨਾਲ ਮੈਂਸ਼ਨ ਕਰ ਦਿਓ, ਮੈਂ RC ਵੀ ਭੇਜ ਦਾਂਗਾ, ਜੇ ਕੋਈ ਪ੍ਰੋਬਲਮ ਹੋਏਗੀ ਜਿੱਥੋਂ ਮਰਜ਼ੀ ਚੈੱਕ ਕਰਕੇ ਲਓ। ਭਾਜੀ ਦਾ ਨੰਬਰ ਨੀਚੇ ਮੈਂਸ਼ਨ ਚੱਲ ਰਿਹਾ, WhatsApp ਤੋਂ ਤੁਸੀਂ RC ਮੰਗਾਓ, ਸਾਰੀ ਡਿਟੇਲ ਮੰਗਾਓ, ਕੁਛ ਵੀ ਮੰਗਾਓ, ਟ੍ਰਾਂਸਪਰੈਂਸੀ ਜਿੰਨੀ ਇੱਥੇ ਹੈ ਕਿਤੇ ਨਹੀਂ ਮਿਲਣੀ ਭਾਜੀ। ਅੱਗੇ ਸਕਾਰਪੀਓ ਦੱਸ ਦਿਓ ਮੈਨੂੰ। ਸਕਾਰਪੀਓ ਭਾਜੀ ਹੈ, ਬੇਸਿਕਲੀ ਹੈ ਦਿੱਲੀ ਨੰਬਰ ਸਕਾਰਪੀਓ, ਤੁਹਾਨੂੰ ਦਿੱਲੀ ਜਾਣ ਦੀ ਲੋੜ ਵੀ ਨਹੀਂ ਹੈ। ਅੱਛਾ ਜੀ,
ਅਲੋਏ ਤੁਸੀਂ ਦੇਖ ਸਕਦੇ ਹੋ 19 ਇੰਚੀ ਅਲੋਏ ਪਏ ਹੋਏ ਨੇ। ਕੀ ਬਾਤ ਹੈ, ਠੀਕ ਹੈ। ਸੈਕਿੰਡ ਓਨਰ ਕਾਰ ਹੈ, ਤੁਹਾਨੂੰ ਇਹ ਗੱਡੀ ਦੇ ਦਾਂਗੇ ਅਸੀਂ 8 ਲੱਖ ਰੁਪਏ ਦੀ। ਕਿੰਨੇ ਦੀ ਭਾਜੀ? 8 ਲੱਖ ਰੁਪਏ। ਕਿਹੜਾ ਮਾਡਲ ਦੱਸਿਆ? ਇਹ 14 ਦਸੰਬਰ ਦੀ ਹੈ ਜੀ, S6 ਪਲੱਸ। ਤੇ ਸਿਰਫ 8 ਲੱਖ ਰੁਪਏ ਦੀ? 8 ਲੱਖ ਰੁਪਏ ਤੁਹਾਡੇ ਦੀ। ਭਾਜੀ ਮੈਨੂੰ ਇੱਕ ਚੀਜ਼ ਦੱਸ ਦਿਓ, ਇਹ ਜਿਹੜੀ ਇਹ ਕੋਈ ਐਕਸੀਡੈਂਟਲ ਜਾਂ ਮੀਟਰ ਟੈਂਪਰਿੰਗ ਵਾਲਾ ਕੰਮ ਤਾਂ ਨਹੀਂ ਨਾ? ਨਹੀਂ, ਐਕਸੀਡੈਂਟਲ ਬਿਲਕੁਲ ਨਹੀਂ ਹੈਗੀ ਜੀ। ਇਹ ਬਿਲਕੁਲ ਐਕਸੀਡੈਂਟਲ ਨਹੀਂ ਹੈ, ਇਸ ਚੀਜ਼ ਦੀ ਗਰੰਟੀ ਹੋਊਗੀ। ਤੇ ਵੈਸੇ ਹੀ 7 ਦਿਨਾਂ ਲਈ ਤਾਂ ਵੈਸੇ ਹੀ ਮਨੀ ਬੈਕ ਗਰੰਟੀ ਹੈ ਕਿ 7 ਦਿਨਾਂ ਜੇ ਤੁਹਾਨੂੰ ਦਿੱਕਤ ਆ ਜਾਵੇ ਤਾਂ ਗੱਡੀ ਵੈਸੇ ਹੀ ਵਾਪਸ ਆ ਜਾਣੀ ਹੈ। ਭਾਜੀ ਜੇ ਮੈਂ ਅੱਗੇ ਨੂੰ ਵਧਾਂ ਤੇ ਇੱਕ ਵਾਰੀ ਭਾਜੀ ਢੋਲ ਫਿਰ ਵਜਾ ਦੇ ਜਰਾ ਲੋਹੜੀ ਕਰਕੇ। ਖੜ ਜਾ ਬਾਈ, ਹੁਣ ਆ ਜਾਓ ਇੱਧਰ ਭਾਜੀ ਅਗਲੀ ਗੱਡੀ ਜੀ। ਇਹ ਜੀ ਹੋਂਡਾ ਦੀ WRV ਹੈ ਜੀ, 2018 ਮਾਡਲ ਹੈ, ਪੈਟਰੋਲ ਕਾਰ ਹੈ, ਇਹ ਜੈਨੂਅਨ 70,000 ਚੱਲੀ ਹੈ। ਇਹਦੇ ਵੀ ਮੀਟਰ ਦੀ ਫੁੱਲ ਗਰੰਟੀ ਹੈ, ਸਾਰੀ ਗੱਡੀ ਓਰੀਜਨਲ ਹੈ, ਕੋਈ ਐਕਸੀਡੈਂਟਲ ਨਹੀਂ। ਇਹਦੇ ਨਾਲ ਵੀ 2 ਸਾਲ ਦੀ ਵਾਰੰਟੀ ਬਿਲਕੁਲ ਫਰੀ ਹੈ ਨਾਲ। ਬਿਲਕੁਲ ਫਰੀ ਹੈ, ਬਿਲਕੁਲ ਫਰੀ ਹੈ। ਤੇ ਕਿੰਨੇ ਦੀ ਹੈ? ਇਹ ਤੁਹਾਨੂੰ ਗੱਡੀ ਦੇ ਦਾਂਗੇ 6.5 ਲੱਖ ਰੁਪਏ ਦੀ। ਇਹ ਤਾਂ ਭਾਜੀ ਲਿਖਿਆ ਹੋਇਆ ਯਾਰ, ਇਹ ਗਲਤ ਗੱਲ ਨਾ ਕਰੋ ਫਿਰ। ਜੋ ਤੁਸੀਂ ਕਹੋਗੇ ਉਹ ਕਰ ਲਾਂਗੇ। ਕੋਈ ਡਿਸਕਾਊਂਟ ਪੱਕਾ? ਕੋਈ ਗੱਲ ਨਹੀਂ, ਟੇਬਲ ਤੇ ਨੈਗੋਸ਼ੀਏਸ਼ਨ ਕਰ। ਤੁਸੀਂ ਵੀਡੀਓ ਨੂੰ ਲਾਈਕ ਕਰਕੇ ਆਣਾ, ਸ਼ੇਅਰ ਕਰਕੇ ਆਣਾ ਤੇ ਭਾਜੀ ਨੂੰ ਦਿਖਾਣਾ ਸਕਰੀਨਸ਼ਾਟ ਆ। ਦੇਖੋ ਭਾਜੀ ਅਸੀਂ ਲਾਈਕ ਕੀਤੀ ਆ ਤੇ ਡਿਸਕਾਊਂਟ ਪੱਕਾ ਭਾਜੀ। ਬਿਲਕੁਲ ਜੀ, ਬਿਲਕੁਲ ਓਨ ਟੇਬਲ। ਦੇਖੋ ਭਾਜੀ ਪਤਾ ਕੀ ਹੁੰਦਾ, ਲੱਖਾਂ ਦੇ ਸੌਦੇ ਨੇ, ਇਹ ਫੋਨ ਤੇ ਨਹੀਂ ਹੁੰਦੇ। ਮੈਂ ਤਾਂ ਇਹੀ ਕਹੂੰਗਾ ਤੁਸੀਂ ਗੱਡੀ ਪੁੱਛ ਲਓ, ਭਾਜੀ ਅਵੇਲੇਬਲ ਖੜੀ ਹੈ ਤੇ ਚੱਕ ਕੇ ਇੱਥੇ ਆ ਜਾਓ। ਇੱਕ ਚੀਜ਼ ਹੋਰ ਦੱਸ ਦਿਓ, ਜੇ ਮੇਰਾ ਕੋਈ ਭਰਾ ਗੱਡੀ ਲੈਣਾ ਚਾਹੁੰਦਾ, ਜਿੱਦਾਂ ਸਪੋਜ਼ ਤੁਸੀਂ ਗੱਡੀ ਦਾ ਇਹਦਾ ਪ੍ਰਾਈਸ ਦੱਸਿਆ 15,25,000, ਜੇ 15,25,000 ਕੋਲ ਨਹੀਂ ਹੈਗਾ ਤਾਂ ਗੱਡੀ ਕਿੱਦਾਂ ਲੈ ਸਕਦੇ? ਗੱਡੀ ਆਪਾਂ 100% ਫਾਈਨਾਂਸ ਵੀ, 90% ਫਾਈਨਾਂਸ ਹੋ ਜਾਏਗਾ ਜੀ ਗੱਡੀ ਦਾ। 90% ਫਾਈਨਾਂਸ, 90% ਗੱਡੀ ਦਾ ਫਾਈਨਾਂਸ ਕਰਕੇ ਦੇਵਾਂਗੇ। ਔਨ ਸਪੋਟ ਫਾਈਨਾਂਸ ਹੈ ਜੀ, ਵੱਧ ਤੋਂ ਵੱਧ 1 ਜਾਂ 2 ਦਿਨਾਂ ਦੇ ਵਿੱਚ ਤੁਹਾਨੂੰ ਗੱਡੀ ਮਿਲ ਗੱਡੀ ਮਿਲ ਜੂਗੀ। ਮਤਲਬ 1.5 ਤੋਂ 2 ਲੱਖ ਰੁਪਏ ਤੁਹਾਡੀ ਜੇਬ 'ਚ ਚਾਹੀਦਾ ਤਾਂ ਤੁਹਾਨੂੰ 15 ਲੱਖ ਵਾਲੀ ਗੱਡੀ ਮਿਲ ਜੂ। ਬਿਲਕੁਲ 100%। ਤੇ ਇੱਦਾਂ ਦੀ ਵੀ ਫੈਸਿਲਿਟੀ ਤੁਹਾਨੂੰ ਕਿਤੇ ਨਹੀਂ ਮਿਲਣੀ, ਕਿਸੇ ਨੇ 70% ਫਾਈਨਾਂਸ ਕਰਾ ਕੇ ਦੇਣਾ ਤਾਂ ਕਿਸੇ ਨੇ 80, ਇੱਥੇ 90% ਤੱਕ ਤੁਹਾਨੂੰ ਫਾਈਨਾਂਸ ਕੀਤਾ ਜਾਂਦਾ। ਭਾਜੀ ਅੱਗੇ ਇਹ ਜੀ ਅੱਜ ਦੀ ਸਾਰਿਆਂ ਦੀ ਪਸੰਦ ਹੈ, ਸਕੋਰਪੀਓ 2021 ਮਾਡਲ, ਟੋਪ ਐਂਡ ਮਾਡਲ ਹੈ ਜੀ, S11 ਗੱਡੀ ਹੈ, S11 ਹੈ ਜੀ, ਫਸਟ ਓਨਰ ਕਾਰ ਹੈ, ਸਿਰਫ ਤੇ ਸਿਰਫ 35,000 ਕਿਲੋਮੀਟਰ ਚੱਲੀ ਹੈ ਜੀ। ਭਾਜੀ ਕਿੱਥੋਂ ਲੱਭਦੇ ਹੋ ਨਵੀਆਂ ਨਵੀਆਂ ਗੱਡੀਆਂ? ਮੈਨੂੰ ਤੁਹਾਡੇ ਵਰਗੇ ਵੀਰ ਹੀ ਦੇ ਜਾਂਦੇ ਨੇ ਜੀ। ਤੇ ਮੈਂ ਇੱਕ ਗੱਲ ਹੋਰ ਸੀਗੀ, ਇੱਕ ਗੱਡੀ ਹੁਣੇ ਮੈਂ ਇੱਥੇ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਕੋਈ ਗੱਡੀ ਵੇਚਣ ਆਇਆ ਸੀਗਾ, ਉਸ ਬੰਦੇ ਦੀ ਗੱਡੀ ਐਕਸੀਡੈਂਟਲ ਸੀਗੀ ਤੇ ਭਾਜੀ ਕਹਿੰਦੇ ਜੀ ਆਪਾਂ ਇਹ ਗੱਡੀ ਲੈਂਦੇ ਹੀ ਨਹੀਂ। ਮਤਲਬ ਜਿਹੜਾ ਲੈਂਦੇ ਹੀ ਨਹੀਂ ਉਹ ਵੇਚੂਗੇ ਕਿੱਥੇ ਯਾਰ? ਇਹ ਮੈਨੂੰ ਪਤਾ ਨਹੀਂ ਲੈਂਦਾ ਜੀ, ਭਾਜੀ ਐਕਸੀਡੈਂਟਲ ਗੱਡੀਆਂ ਲੈਂਦੇ ਹੀ ਨਹੀਂ ਗੇ, ਇਹ ਮੈਂ ਹੁਣੇ ਆਪਣੇ ਅੱਖੀ ਦੇਖਿਆ ਸਾਰੀ ਚੀਜ਼। ਭਾਜੀ ਇਹ ਕਿੰਨੇ ਦੀ ਦੱਸੀ ਹੈ? ਇਹ ਗੱਡੀ ਜੀ 18,90,000 ਰੁਪਏ ਦੀ। ਇਹ ਤਾਂ ਭਾਜੀ ਫਿਰ ਯਾਰ MRP ਮੰਗੀ ਜਾਂਦੇ ਹੋ। ਚਲੋ ਖੈਰ, ਇਹ ਗੱਲ ਆਪਾਂ ਬਾਰ ਬਾਰ ਨਹੀਂ ਕਰਦੇ, ਨੈਗੋਸ਼ੀਏਬਲ ਪ੍ਰਾਈਸ ਹੈ, ਧੱਕਾ ਆਪਾਂ ਪੂਰਾ ਕਰਨਾ ਹੈ ਜਿੰਨਾ ਤੁਸੀਂ ਕਰ ਸਕਦੇ। ਧੱਕਾ ਪੂਰਾ ਕਰਕੇ ਅਸੀਂ ਲੈਸ ਕਰਾ ਕੇ ਗੱਡੀ ਲੈਣੀ ਹੈ। ਤੇ ਭਾਜੀ ਅੱਗੇ ਕਨੇਡਾ ਇੱਕ ਉੱਧਰ ਵੀ ਖੜੀ ਹੈ, ਮੈਂ ਦੇਖ ਰਿਹਾ। 2020 ਮਾਡਲ ਹੈ ਜੀ, ਹਾਂਜੀ, 1.4 ਹੈਗੀ ਹੈ ਜੀ, ਇਹ ਸਾਰੀ ਗੱਡੀ ਓਰੀਜਨਲ ਹੈ, ਬੰਪਰ ਇਹਦਾ ਸਿਰਫ ਪੇਂਟ ਹੈਗਾ, ਹੋਰ ਕੋਈ ਪੀਸ ਇਹਦਾ ਪੇਂਟ ਨਹੀਂ ਹੈਗਾ, ਟਾਇਰ ਇਹਦੇ ਅਲੋਏ ਇਹਦੇ ਟੋਪ ਐਂਡ ਵਾਲੇ ਪੈ ਚੁੱਕੇ ਹੋਏ ਨੇ, ਟੱਚ ਇਹਦੇ ਅੰਦਰ ਲੱਗੀ ਹੋਈ ਹੈ। 1.4 ਲੋਕੀ ਬਹੁਤ ਡਿਮਾਂਡ ਦੇ ਉੱਤੇ, ਕਿਉਂਕਿ ਇਹਦੀ ਐਵਰੇਜ ਸਭ ਨਾਲ ਜ਼ਿਆਦਾ ਹੁੰਦੀ ਹੈ ਕਨੇਡਾ ਦੀ। ਕੀ ਬਾਤ ਹੈ, ਤੇ ਇਹ ਗੱਡੀ ਵੀ ਮਾਰਕੀਟ ਤੁਸੀਂ ਭਾਵੇਂ ਚੈੱਕ ਕਰ ਲਓ, ਅੱਜ ਦੀ ਡੇਟ 'ਚ ਔਨਲਾਈਨ ਦੇ ਵਿੱਚ ਕਿਸੇ ਵੀ ਡੀਲਰ ਨੇ 10.5 ਲੱਖ ਰੁਪਇਆ ਰੇਟ ਪਾਇਆ ਹੋਊਗਾ। ਮੈਂ ਰੇਟ ਹੀ 9,90,000 ਪਾਇਆ, ਪਰ ਮੈਂ ਫਿਰ ਕਹਿੰਦਾ ਤੁਸੀਂ ਆਓ ਟੇਬਲ ਤੇ ਬੈਠੋ, 9,90,000 ਤੋਂ ਵੀ ਘੱਟ ਤੁਹਾਨੂੰ ਗੱਡੀ। ਕੀ ਬਾਤ ਹੈ ਜੀ, ਕੀ ਬਾਤ ਹੈ। ਤੇ ਇਹਦੇ ਵਿੱਚ ਵੀ ਡਿਸਕਾਊਂਟ ਮਿਲੂਗਾ, ਪੂਰਾ ਪੂਰਾ ਮਾਨ ਕਰਕੇ ਮਿਲੂਗਾ ਇਸ ਚੀਜ਼ ਦੇ ਉੱਤੇ। ਇਹ ਗਰੰਟੀ ਭਾਜੀ ਜ਼ਰੂਰ ਚੱਕਣ ਨੂੰ ਤਿਆਰ ਨੇ ਕਿ ਤੁਹਾਨੂੰ ਐਕਸੀਡੈਂਟਲ ਔਰ ਮੀਟਰ ਟੈਂਪਰਿੰਗ ਜਿਹੜੀ ਹੈ ਇੱਥੇ ਗੱਡੀਆਂ 'ਚ ਨਹੀਂ ਮਿਲਣ ਵਾਲੀ, ਅਤੇ ਗੱਡੀਆਂ ਬਿਲਕੁਲ ਸਾਫ਼ ਸੁਥਰੀਆਂ। ਬਾਕੀ ਯਾਰ ਜਿਹੋ ਜਿਹੀ ਗਰੰਟੀ ਇਹ ਦੇ ਰਹੇ ਨੇ, 7 ਦਿਨਾਂ ਲਈ ਮਨੀ ਬੈਕ ਨਾਲ 2 ਸਾਲਾਂ ਦੀ ਉੱਦਾਂ ਵਾਰੰਟੀ, ਇਸ ਤੋਂ ਵੱਧ ਤਾਂ ਕੀ ਚਾਹੀਦਾ? ਮਤਲਬ ਜੇ ਪੁਰਾਣੀਆਂ ਗੱਡੀਆਂ ਡੀਲਰ ਤੋਂ ਲੈਣ ਤੋਂ ਡਰਦੇ ਹੋਣਾ
ਤੇ ਇੱਥੇ ਨਾ ਡਰਿਓ, ਇੱਥੇ ਤਾਂ ਤੁਹਾਨੂੰ ਮਿੰਟੋ ਮਿੰਟ ਗੱਡੀਆਂ ਚੱਕੋ, ਕਿਉਂਕਿ ਅੱਜ ਦੀ ਡੇਟ ਦੇ ਕਸਟਮਰ ਇਸੇ ਕਰਕੇ ਗੱਡੀ ਨਹੀਂ ਲੈਂਦਾ ਕਿ ਕੱਲ ਨੂੰ ਗੱਡੀ ਲੈ ਲਈਏ, ਗੱਡੀ ਤੇ ਕੱਲ ਨੂੰ ਖਰਚਾ ਨਾ ਹੋਵੇ। ਬਿਲਕੁਲ ਠੀਕ ਗੱਲ, ਉਹ ਅਸੀਂ 2 ਸਾਲ ਤੱਕ ਕਸਟਮਰ ਦੀ ਜ਼ਿੰਮੇਵਾਰੀ ਲੈਨੇ ਆ, ਤੁਹਾਡੀ ਗੱਡੀ ਤੇ ਕੋਈ ਵੀ ਨੁਕਸ ਪੈ ਜਾਂਦਾ ਵੀ ਆਰ 100% ਰਿਸਪੋਨਸੀਬਲ। ਮੈਂ ਵੀ ਨਹੀਂ ਰਿਸਪੋਨਸੀਬਲ, ਮਹਿੰਦਰਾ ਰਿਸਪੋਨਸੀਬਲ। ਮਹਿੰਦਰਾ ਛੋਟਾ ਬ੍ਰਾਂਡ ਨਹੀਂ, ਮਹਿੰਦਰਾ ਬਹੁਤ ਵੱਡਾ ਬ੍ਰਾਂਡ ਹੈ, ਉਹ ਰਿਟਰਨ ਦੇ ਵਿੱਚ ਤੁਹਾਨੂੰ ਆਪਾਂ ਲਿਖ ਕੇ ਦਾਂਗੇ। ਬਿਲਕੁਲ ਠੀਕ ਗੱਲ ਹੈ ਯਾਰ, ਤੇ ਸੋ 5-10 ਹਜ਼ਾਰ ਪਿੱਛੇ ਇਹ ਨਾ ਸੋਚਿਓ ਗੱਡੀ ਇੱਥੋਂ ਨਹੀਂ ਲੈਣੀ ਕਿਤੋਂ ਹੋਰ ਲੈ ਲਈਏ, ਗੱਡੀ ਇੱਥੋਂ ਲਈ, ਕਿਉਂਕਿ 2 ਸਾਲਾਂ ਲਈ ਜਿਹੜੀ ਤੁਹਾਨੂੰ ਗਰੰਟੀ ਮਿਲ ਰਹੀ ਹੈ ਨਾ, ਉਹ ਬਹੁਤ ਵੱਡੀ ਚੀਜ਼ ਹੈ ਭਾਜੀ। ਲੋਕੀ 2 ਮਿੰਟ ਬਾਅਦ ਥੜੇ ਨਹੀਂ ਚੜਨ ਦਿੰਦੇ ਭਾਜੀ। ਇੱਕ ਹੋਰ ਗੱਲ ਤੁਹਾਨੂੰ ਮੈਂ ਜੋੜਦਾ, ਕੱਲੀ ਗਰੰਟੀ ਨਹੀਂ, 1 ਸਾਲ ਦੀ RSA ਵੀ ਨਾਲ ਦੇ ਰਹੇ ਹਾਂ। RSA ਦਾ ਮਤਲਬ ਰੋਡ ਸਾਈਡ ਅਸਿਸਟੈਂਟ। ਆਲ ਇੰਡੀਆ ਗੱਡੀ ਕਿਤੇ ਵੀ ਖਰਾਬ ਹੋ ਜਾਂਦੀ ਹੈ, ਬਿਨਾ ਪੈਸਿਆਂ ਤੋਂ ਤੁਹਾਡੀ ਗੱਡੀ ਟੋ ਕਰਕੇ ਲੈ ਜਾਣਗੇ, ਤੁਹਾਡੇ ਘਰ ਤੱਕ ਛੱਡ ਕੇ ਜਾਣਗੇ, ਤੁਹਾਡੀ ਗੱਡੀ ਦਾ ਤੇਲ ਖਤਮ ਹੋ ਜਾਂਦਾ, ਤੁਹਾਨੂੰ ਤੇਲ ਦੇ ਕੇ ਜਾਣਗੇ, ਤੁਹਾਡੀ ਗੱਡੀ ਰਾਤ ਨੂੰ 1 ਵਜੇ ਬੈਟਰੀ ਡਾਊਨ ਹੋ ਜਾਂਦੀ ਹੈ, ਤੁਹਾਡੀ ਗੱਡੀ ਸਟਾਰਟ ਕਰਕੇ ਜਾਣਗੇ, ਕੋਈ ਪੈਸਾ ਨਹੀਂ ਲੈਣਗੇ। ਯਾਰ ਕਿੱਥੇ ਮਿਲਦੀਆਂ ਨਵੀਂ ਗੱਡੀ ਨਾਲ ਹੀ, ਇੰਨੀਆਂ ਚੀਜ਼ਾਂ ਮਿਲਦੀਆਂ ਭਾਜੀ। ਆਪਾਂ ਸਾਰਾ ਕੁਝ ਦਾਂਗੇ ਤੁਹਾਨੂੰ, ਮੈਂ ਬੁਕਲੇਟ ਵੀ ਦਿਖਾਣਾ ਬਾਅਦ ਚੋਂ। ਚਲੋ ਆਓ ਗਾਂਗ ਨੂੰ ਜੂਸ ਦੇ। ਇਸ ਤੋਂ ਬਾਅਦ ਆਪਾਂ ਭਾਜੀ ਵਰਨਾ ਦਿਖਾਈਏ ਪਹਿਲੇ। ਵਰਨਾ 2018 ਮਾਡਲ SX ਟੋਪ ਐਂਡ ਮਾਡਲ ਹੈ। ਸਾਰੀ ਗੱਡੀ ਓਰੀਜਨਲ ਹੈ। ਬਿਲਕੁਲ ਜੀ। ਸਿਰਫ 1 ਬੰਪਰ ਪੇਂਟ ਹੈ। ਆਓ ਜੀ। ਤੇ 1 ਇਹਦਾ ਫੈਂਡਰ ਪੇਂਟ ਹੈ। 2 ਪੀਸ ਪੇਂਟ ਹੈ। 3 ਪੀਸ ਪੇਂਟ ਹੋਏਗਾ ਤੇ ਗੱਡੀ ਫ੍ਰੀ ਦੇ ਦਾਂਗੇ। ਤੇ ਕਿੰਨੀ ਚੱਲੀ ਭਾਜੀ ਹੈ ਇਹ ਗੱਡੀ? ਵਿਦ ਸਰਵਿਸ ਰਿਕਾਰਡ ਬੋਸ ਚੱਲੀ ਹੈ 41,000 ਕਿਲੋਮੀਟਰ। 41,000 ਕਿਲੋਮੀਟਰ ਬਿਲ ਸਰਵਿਸ ਰਿਕਾਰਡ ਹੈ। ਤੇ ਭਾਜੀ ਦੇਣੀ ਕਿੰਨੇ ਦੀ ਹੈ ਇਹ? ਵੀਰ ਜੀ ਤੁਹਾਨੂੰ ਦੇ ਦਾਂਗੇ ਆਪਾਂ 8,75,000 ਰੁਪਏ। ਮਾਡਲ ਕਿਹੜਾ? 2018 SX। ਕਿੰਨੇ ਦੀ ਦੱਸੀ? 8,75,000। 8,75,000। ਦੇਖੋ ਇਹ ਪ੍ਰਾਈਸ ਨੇ ਸਿਰਫ ਮੰਗਣ ਵਾਲੇ, ਲੈਸ ਪੱਕਾ ਮਿਲੂਗੀ। ਗੱਡੀਆਂ ਤੁਹਾਨੂੰ ਦਿਖਾਤੀਆਂ ਭਾਜੀ, ਹੋਰ 20-25 ਗੱਡੀਆਂ ਖੜੀਆਂ ਉੱਧਰ। ਹਾਂਜੀ ਹੋਰ ਖੜੀਆਂ ਨੇ, ਅੱਜ ਨਹੀਂ ਦਿਖਾਣੀਆਂ, ਦਿਖਾਵਾਂਗੇ ਅਗਲੇ ਪਾਰਟ ਦੇ ਵਿੱਚ। ਅੱਜ ਦੀ ਵੀਡੀਓ ਹੋ ਗਈ ਬਹੁਤ ਲੰਬੀ, ਅਗਲੇ ਪਾਰਟ 'ਚ ਭਾਜੀ ਦੂਜੀਆਂ ਗੱਡੀਆਂ ਲੈ ਕੇ ਆਉਣੀਆਂ ਆਪਾਂ। ਤੇ ਜਾਂਦੇ ਜਾਂਦੇ ਤੁਹਾਡੇ ਤੋਂ ਲੈਣੀ ਇਜਾਜ਼ਤ, ਤੇ ਇਦਾਂ ਦਾ ਪੁਰਾਣੀਆਂ ਗੱਡੀਆਂ ਦਾ ਸ਼ੋਰੂਮ ਤੁਸੀਂ ਕਦੇ ਨਹੀਂ ਦੇਖਿਆ ਹੋਣਾ। ਤੇ ਜਾਂਦੇ ਜਾਂਦੇ ਲੋਹੜੀ ਤੇ ਮਾਘੀ ਦੀ ਇੱਕ ਵਾਰ ਫਿਰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਤੇ ਭਾਈ ਇੱਕ ਵਾਰੀ ਫਿਰ ਚੱਕ ਦੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਕੱਲ੍ਹ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਨਵੀਆਂ ਗੱਡੀਆਂ ਦੇ ਨਾਲ। ਥੈਂਕ ਯੂ ਸੋ ਮਚ ਦੋਸਤੋ, ਬਾਏ ਬਾਏ।